ਪੀਰ ਮੇਰੇ ਲਈ ਸ਼ਾਹ ਆਪਦੇ ਦੌਰ ਵਿੱਚ ਗੁਜਰਾਤ ਦਾ ਇੱਕ ਨਾਮ ਵਰ ਡਾਕੂ ਜਿਹਦਾ ਨਾਮ ਹੈ ਗਾਮੂ ਡਾਕੂ। ਗਾਮੂ ਡਾਕੂ ਬੜਾ ਨਾਮ ਵਰ ਡਾਕੂ ਹੈ ਗੁਜਰਾਤ ਦਾ, ਬੜਾ ਹੀ ਨਾਮ ਵਰ ਡਾਕੂ ਹੈ। ਉਹਨੇ ਜਿਹੜੇ ਵੇਲੇ ਪੀਰ ਮੇਰੇ ਅਲੀ ਸ਼ਾਹ ਦਾ ਨਾਮ ਸੁਣਿਆ ਨਾ, ਪੀਰ ਮੇਰੇ ਅਲੀ ਸ਼ਾਹ ਚਿਸ਼ਤੀ ਨਿਜ਼ਾਮੀ ਗੋਲੜਵੀ, ਉਹਨੂੰ ਖਿਆਲ ਆਇਆ ਜਿਹੜੇ ਬਾਬੇ ਦਾ ਨਾਂ ਐਡਾ ਸੋਹਣਾ ਹੈ ਬਾਬਾ ਆਪ ਕਿੱਡਾ ਕੁ ਸੋਹਣਾ ਹੋਵੇਗਾ। ਉਹਦੇ ਦਿਲ 'ਚ ਖਿਆਲ ਆਇਆ ਕਿ ਮੈਂ ਬਾਬਾ ਜੀ ਦੀ ਦੀਦ ਕਰਕੇ ਆਵਾਂ, ਬਾਬਾ ਜੀ ਦੀ ਮੈਂ ਜ਼ਿਆਰਤ ਹੀ ਕਰ ਆਵਾਂ, ਗੁਨਾਹਗਾਰ ਹੀ ਬਣਾਵਾਂ। ਗੁਜਰਾਤ ਤੋਂ ਤੁਰਿਆ ਤੁਰਿਆ ਅਤੇ ਉਹ ਗੋਲੜਾ ਸ਼ਰੀਫ ਜਾ ਪਹੁੰਚਿਆ ਅਤੇ ਬਾਬਾ ਜੀ ਦੇ ਆਸਥਾਨੇ 'ਤੇ ਆਇਆ ਨਾ, ਆ ਕੇ ਕਹਿਣ ਲੱਗਾ ਬਾਬਾ ਜੀ ਤੁਹਾਡੀ ਜ਼ਿਆਰਤ ਕਰਨ ਆਇਆ ਸਾਂ, ਮਗਰ ਦੀਦ ਕਰਕੇ ਹੁਣ ਦਿਲ ਕਰਦਾ ਮੈਂ ਤੁਹਾਡਾ ਬੈਤ ਵੀ ਹੋ ਜਾਵਾਂ, ਮੈਨੂੰ ਬਾਬਾ ਜੀ ਬੈਤ ਕਰੋ। ਬਾਬਾ ਜੀ ਨੇ ਨਾ ਇਸ ਤਰ੍ਹਾਂ ਕਰਕੇ ਉਹਦਾ ਹੱਥ ਪਕੜਿਆ ਅਤੇ ਬਾਬਾ ਜੀ ਫਰਮਾਨ ਲੱਗੇ ਤੂੰ ਕਿਧਰੇ ਗਾਮੂ ਡਾਕੂ ਤਾਂ ਨਹੀਂ ਗੁਜਰਾਤ ਵਾਲਾ? ਕਹਿਣ ਲੱਗਾ ਜੀ ਮੈਂ ਹੀ ਗਾਮੂ ਡਾਕੂ ਹਾਂ ਬਾਬਾ ਜੀ। ਬਾਬਾ ਜੀ ਕਹਿਣ ਲੱਗੇ ਫਿਰ ਤੂੰ ਮੁਰੀਦ ਤੇ ਹੁਣ ਆਇਆ ਨਾ, ਅਸੀਂ ਤੇਰੇ ਪੀਰ ਬਣ ਜਾਵਾਂਗੇ, ਤੂੰ ਸਾਡਾ ਮੁਰੀਦ। ਇੱਕ ਮੇਰੀ ਗੱਲ ਯਾਦ ਰੱਖੀ, ਜਦੋਂ ਮੁਰੀਦ ਬਣ ਜਾਈਏ ਨਾ ਫਿਰ ਜੋ ਪੀਰ ਕਹਿਣ ਉਹ ਕਰਨਾ ਪੈਂਦਾ ਜੀ, ਫਿਰ ਜੋ ਮੁਰਸ਼ਦ ਕਹਿਣ ਨਾ ਹੱਕ ਦਾ ਪੈਗਾਮ ਦੇਣ ਉਹਦੇ ਤੇ ਅਮਲ ਵੀ ਕਰਨਾ ਪੈਣਾ। ਗਾਮੂ ਨੇ ਸੁਣਿਆ ਨਾ ਜਲਦੀ ਨਾਲ ਆਪਣਾ ਹੱਥ ਪਿੱਛੇ ਕਰ ਲਿਆ, ਕਹਿਣ ਲੱਗਾ ਬਾਬਾ ਜੀ ਰੋਜ਼ਾ ਕਵੋਗੇ ਰੱਖਾਂਗਾ, ਨਮਾਜ਼ ਕਵੋਗੇ ਪੜਾਂਗਾ, ਹੱਜ ਕਵੋਗੇ ਕਰਾਂਗਾ, ਸਾਰੇ ਕੰਮ ਕਰਾਂਗਾ, ਜਿੱਤ ਕਵੋਗੇ ਨਾ ਚੋਰੀ ਛੱਡ ਦੇ ਤਾਂ ਮੇਰੇ ਕੋਲ ਛੁੱਟਦੀ ਨਹੀਂ, ਮੈਨੂੰ ਆਦਤ ਬੜੀ ਪੁਰਾਣੀ ਪਈ ਹੈ। ਬਾਬਾ ਜੀ ਮੈਂ ਚੋਰੀ ਨਹੀਂ ਛੱਡਾਂਗਾ ਕਿਉਂਕਿ ਪਈਆਂ ਆਦਤਾਂ ਬਾਬਾ ਜੀ ਜਾਂਦੀਆਂ ਹੀ ਕੋਈ ਨਹੀਂ, ਹਰ ਕੰਮ ਮੈਂ ਦੁਨੀਆਂ ਦਾ ਚੰਗਾ ਕਰਾਂਗਾ, ਮਗਰ ਮੇਰੇ ਕੋਲ ਬਾਬਾ ਜੀ ਚੋਰੀ ਨਹੀਂ ਜੇ ਛੁੱਟਦੀ, ਮੈਨੂੰ ਚੋਰੀ ਦਾ ਨਾਂ ਆਖਿਆ ਜੀ। ਬਾਬਾ ਜੀ ਨੇ ਮੁਸਕੁਰਾ ਕੇ ਫਰਮਾਇਆ ਅੱਛਾ ਫਿਰ ਇੱਕ ਸ਼ਰਤ ਤੇਰੀ ਹੈ ਤੇ ਇੱਕ ਸ਼ਰਤ ਸਾਡੀ ਵੀ ਸੁਣ ਲੈ। ਕਹਿਣ ਲੱਗਾ ਬਾਬਾ ਜੀ ਹੁਕਮ ਕਰੋ। ਬਾਬਾ ਜੀ ਕਹਿਣ ਲੱਗੇ ਜਾ ਗਾਮੂ ਜਮ ਜਮ ਚੋਰੀਆਂ ਕਰ, ਮਗਰ ਇੱਕ ਗੱਲ ਯਾਦ ਰੱਖੀ ਕਿ ਚੋਰੀ ਕਰਦੇ ਆ ਸੱਜੇ ਖੱਬੇ ਦੇਖ ਲਵੀਂ, ਤੈਨੂੰ ਗੋਲੜੇ ਵਾਲਾ ਬਾਬਾ ਮੇਰ ਅਲੀ ਸ਼ਾਹ ਨਾ ਵੇਖਦਾ ਜੋ, ਜਾ ਜਮ ਜਮ ਚੋਰੀਆਂ ਕਰ। ਗਾਮੂ ਦਾ ਖਿਆਲ ਇਹ ਬਣਿਆ ਕਿ ਬਾਬਾ ਜੀ ਫਰਮਾ ਰਹੇ ਨੇ ਕਿ ਸਾਡੇ ਮੇਰਾ ਸਾਡੇ ਗੋਲੜੇ ਸ਼ਰੀਫ 'ਚ ਚੋਰੀਆਂ ਨਾ ਕਰੀ, ਸਾਡੀਆਂ ਗਲੀ ਮੁਹੱਲਿਆਂ ਨੂੰ ਛੱਡ ਦੇਵੀਂ ਅਤੇ ਬਾਕੀ ਕੰਮ ਚੱਲਣ ਦੇ। ਉਹਦਾ ਜ਼ਿਹਨ ਇਹ ਬਣਿਆ ਕਿ ਬਾਬਾ ਜੀ ਦੇ ਕਹਿਣ ਦਾ ਮਤਲਬ ਹੀ ਇਹ ਵੇ। ਕਹਿਣ ਲੱਗਾ ਬਾਬਾ ਜੀ ਠੀਕ ਹੈ, ਜਿੱਥੇ ਤੁਸੀਂ ਹੋਵੋਗੇ ਮੈਂ ਚੋਰੀ ਨਹੀਂ ਕਰਾਂਗਾ, ਮੈਨੂੰ ਬੈਤ ਫਰਮਾਓ। ਬਾਬਾ ਜੀ ਨੇ ਬੈਤ ਫਰਮਾਇਆ, ਬੈਤ ਹੋ ਕੇ ਨਾ ਬੜਾ ਖੁਸ਼ੀ ਖੁਸ਼ੀ ਤੁਰਿਆ, ਦਰਵਾਜ਼ੇ ਦੇ ਕੋਲ ਗਿਆ ਨਾ ਠੇਕੇਦਾਰ ਸਾਹਿਬ ਅਤੇ ਬਾਬਾ ਜੀ ਨੇ ਪਿੱਛੋਂ ਆਵਾਜ਼ ਦੇ ਕੇ ਫਰਮਾਇਆ ਗਾਮੂ ਜੀ ਬਾਬਾ ਜੀ ਸ਼ਰਤ ਯਾਦ ਹੀ ਨਾ? ਬਾਬਾ ਜੀ ਬੜੀ ਯਾਦ ਹੈ। ਬਾਬਾ ਜੀ ਫਰਮਾਨ ਲੱਗੇ ਫਿਰ ਆਪਣੀ ਸ਼ਰਤ ਤੋਂ ਮੁਕਰੀ ਨਾ, ਸ਼ਰਤ ਯਾਦ ਰੱਖੀ। ਗੋਲੜਾ ਸ਼ਰੀਫ ਤੋਂ ਵਾਪਸ ਤੁਰਿਆ ਨਾ ਜਿਹੜੇ ਵੇਲੇ ਆਪਣੇ ਇਲਾਕੇ ਗੁਜਰਾਤ ਆਇਆ ਤੇ ਪਈਆਂ ਆਦਤਾਂ ਜਾਂਦੀਆਂ ਕੋਈ ਨਹੀਂ, ਗਾਮੂ ਟੁਰਿਆ ਟੁਰਿਆ ਜਿਹੜੇ ਵੇਲੇ ਗੁਜਰਾਤ ਦੇ ਇਲਾਕੇ 'ਚ ਆ ਬੜਿਆ, ਮੁਸਲਮਾਨੋ ਪਈਆਂ ਆਦਤਾਂ ਜਾਂਦੀਆਂ ਕੋਈ ਨਹੀਂ, ਉਹਨੂੰ ਸਾਰੀ ਉਮਰ ਡਾਕੇ ਮਾਰਨ ਦੀ ਆਦਤ ਹੈ, ਅੱਜ ਗੁਜਰਾਤ ਦੇ ਮਕਾਨ 'ਚ ਛਲਾਂਗ ਮਾਰੀ, ਉਹਨੇ ਸਾਰਾ ਸਮਾਨ ਇਕੱਠਾ ਕਰ ਲਿਆ, ਜਿਹੜੇ ਵੇਲੇ ਸਿਰ ਤੇ ਰੱਖ ਕੇ ਤੁਰਨ ਲੱਗਾ ਉਹਦੀ ਨਜ਼ਰ ਕਮਰੇ 'ਚ ਪੈ ਗਈ, ਉਹਨੇ ਵੇਖਿਆ ਪੀਰ ਮੇਰੇ ਅਲੀ ਸ਼ਾਹ ਨਫਲ ਪੇ ਪੜਦੇ ਨੇ, ਵੇਖਿਆ ਬਾਬਾ ਜੀ ਤੇ ਇੱਥੇ ਮਕਾਨ 'ਚ ਨਫਲ ਪੇ ਪੜਦੇ ਨੇ, ਤੇ ਮੈਂ ਤੇ ਗੱਲ ਕਰਕੇ ਆਇਆ ਜਿੱਥੇ ਤੁਸੀਂ ਹੋਵੋਗੇ ਮੈਂ ਚੋਰੀ ਨਹੀਂ ਕਰਾਂਗਾ। ਬਾਹਰ ਨਿਕਲਿਆ ਜਲਦੀ ਨਾਲ ਸਮਾਨ ਸੁੱਟਿਆ ਤੇ ਕੱਪੜੇ ਝਾੜ ਕੇ ਨਾ ਇਸ ਤਰ੍ਹਾਂ ਕਹਿਣ ਲੱਗੇ ਸ਼ੁਕਰ ਹੈ ਅੱਜ ਬਾਬਾ ਜੀ ਨੇ ਮੈਨੂੰ ਵੇਖਿਆ ਕੋਈ ਨਹੀਂ। ਬਾਬਾ ਜੀ ਨੇ ਕਹਿਣ ਲੱਗਾ ਸ਼ੁਕਰ ਹੈ ਮੈਨੂੰ ਬਾਬੇ ਨੇ ਵੇਖਿਆ ਕੋਈ ਨਹੀਂ। ਗਾਮੂ ਟੁਰਿਆ ਟੁਰਿਆ ਅਗਲੇ ਮੁਹੱਲੇ 'ਚ ਆਇਆ, ਉਹਦੀ ਨੀਅਤ ਬਣ ਗਈ ਚੋਰੀ ਕਰ ਜਾਵਾਂ, ਪਈਆਂ ਆਦਤਾਂ ਜਾਂਦੀਆਂ ਕੋਈ ਨਹੀਂ। ਜਿਹੜੇ ਵੇਲੇ ਅਗਲੇ ਮਕਾਨ 'ਚ ਸਮਾਨ ਇਕੱਠਾ ਕੀਤਾ ਗਾਮੀ ਨੇ, ਉਹਨੇ ਡਾਕੂ ਨੇ ਆਪਣੇ ਸਿਰ 'ਤੇ ਸਮਾਨ ਰੱਖਿਆ, ਗਾਮੂ ਡਾਕੂ ਸਮਾਨ ਰੱਖ ਕੇ ਜਿਹੜੇ ਵੇਲੇ ਬਾਹਰ ਆਇਆ ਪੀਰ ਮੇਰ ਅਲੀ ਸ਼ਾਹ ਨੇ ਦਾਮਨ ਪਕੜ ਲਿਆ ਅਤੇ ਫਰਮਾਨ ਲੱਗੇ ਗਾਮੂ ਹਯਾ ਕਰ, ਚੱਲ ਉੱਥੇ ਨਹੀਂ ਸਾਂ ਵੇਖਦਾ ਇੱਥੇ ਤੇ ਵੇਖਣਾ। ਸੁਭਾਨੱਲਾ ਸੁਭਾਨੱਲਾ ਮਾਸ਼ਾਅੱਲਾ, ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਰਿਸਾਲਤ, ਨਾਰਾਏ ਹੈਦਰੀ, ਆਸਤਾਨਾ ਆਲੀਆ ਗੋਲੜਾ ਸ਼ਰੀਫ, ਆਸਤਾਨਾ ਆਲੀਆ ਗੋਲੜਾ ਸ਼ਰੀਫ। ਸੁਭਾਨ ਵੇਖਣ ਵਾਲਿਆਂ ਦੀ ਗੱਲ ਸੁਣਾ ਰਿਹਾ, ਜਿਨ੍ਹਾਂ ਨੇ ਉਹਨੂੰ ਵੇਖਿਆ ਉਹਨਾਂ ਦੀ ਇਹ ਸ਼ਾਨ ਹੈ, ਤੇ ਜਿਹਨੂੰ ਵੇਖਿਆ ਉਸ ਕਮਲੀ ਵਾਲੇ ਦੀ ਆਪ ਕਿਤਨੀ ਕੁ ਸ਼ਾਨ ਹੋਵੇਗੀ, ਆਪ ਕਿਤਨੀ ਕੁ ਸ਼ਾਨ ਹੋਵੇਗੀ। ਮੈਂ ਆਖਰ ਤੇ ਦੁਆ ਕਰਾਂਗਾ ਕਿ ਜਿਸ ਰਿਜ਼ਕ ਦੇ ਅੰਦਰੋਂ ਹਜ਼ੂਰ ਦੀ ਬਜ਼ਮ ਸਜਾਈ ਗਈ ਪਰਵਰਦਿਗਾਰ ਉਹਨਾਂ ਦੇ ਰਿਜ਼ਕ 'ਚ ਮਜ਼ੀਦ ਬਰਕਤਾਂ ਅਤਾ ਫਰਮਾਏ। ਅਸੀਂ ਸੁੰਨੀ ਮਾਵਾਂ ਦੇ ਸੁੰਨੀ ਪੁੱਤਰ ਹਾਂ, ਸਾਡਾ ਬੜਾ ਹੱਕ ਬਣਦਾ ਹਜ਼ੂਰ ਦੇ ਮਿਲਾਦ ਮਨਾਉਣ ਦਾ, ਉਹ ਤੇ ਵਾਰਫਾ ਨਾਲ ਕਾ ਜ਼ਿਕਰ ਕੇ ਨਾ ਅਸੀਂ ਉਹਦਾ ਜ਼ਿਕਰ ਬੁਲੰਦ ਨਹੀਂ ਕਰਨ ਆਉਂਦੇ। ਮੇਰਾ ਅਲਹਮਦੁਲਿਲਾ ਬਦਾਮੀ ਬਾਗ ਦੇ ਅੰਦਰ ਆਪਣਾ ਬਿਜ਼ਨਸ ਹੈ, ਅਛਦਰੇ ਮੋੜ ਦੇ ਸਟੈਂਡ 'ਤੇ ਸਾਡੀਆਂ ਗੱਡੀਆਂ ਵੀ ਇੱਥੇ ਨਿਕਲਦੀਆਂ ਨੇ,
अल्हम्दुलिल्लाह अल्लाह करीम ने दुनिया की हर दौलत दी है, औलाद दी है, सिर से माँ बाप भी जिंदा ने, अल्लाह करीम लंबी जिंदगी अता फरमाए। मगर एवं ठेकेदार साहब मेरा इंजना का मेरा बदामी बाग च कारोबार है, हाथों नाल मैं काम पिया करा तो मैनू ख्याल आया अब्बा जी ने हिफज कराया कि मेरा पुत्र हजूर दी नातां पड़े करेगा, तू सारा कुछ छड़ के आ कारोबार च बढ़ गया। फिर ख्याल आया कि होया मैं इंज का मोल भी ना बन जावे, हाथों नाल काम करांगा तो जुबान नाल हजूर दी नातां पड़ांगा। सारा दिन मैं अपने बिजनेस से हूं, शाम को कभी किसी शहर कभी किसी शहर मेरी ड्यूटी लग गई। मैं बड़ी खुश नसीबी समझना, तो भी सारे की खुश नसीबी है कि अल्लाह ने तुहानू मंजूर किया है इस रात इस वेले हजूर की बदम में बिठाया है। परवरदिगार तुहाड़ा मेरा सारे का आना जाना अपनी बारगाह च कबूलो मंजूर फरमा ले। अल्लाह करीम जिहड़ियां दिल च जायज मुरादा ते दुआवां लैके आए हो अल्लाह करीम हजूर के जिक्र का सदका तुहाड़ी जायज नेक दुआवां कबूलो मंजूर फरमाए। अल्लाह करीम इन्हां दे घरां च बरकत अता फरमाए, इन्हां वेड़िया नूं इन्हां बरेनियां नूं परवरदिगार ता कयामत सलामत रखे। वमा अलैना इल्लल बलागुल मुबीन।